ਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ 900 ਗ੍ਰਾਮ ਹੈਰੋਇਨ ਅਤੇ ਅੱਧਾ ਕਿਲੋ ਆਈਸ ਡਰੱਗ ਬਰਾਮਦ ਕੀਤੀ ਹੈ। ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ DSP ਅਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਤਸਕਰਾਂ ਨੂੰ ਪਿੰਡ ਲਹੀਆਂ ਨੇੜਿਓਂ ਨਾਕਾਬੰਦੀ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਕੱਲ੍ਹ ਜੀ SHO ਸਰਾਏ ਮਾਨਸਾ ਇੰਸਪੈਕਟਰ ਨਰਿੰਦਰ ਸਿੰਘ ਅਤੇ ਉਹਨਾਂ ਦੀ ਪੁਲਿਸ ਪਾਰਟੀ ਨੇ ਲਹੀਆਂ ਚੌਂਕ ਦੇ ਵਿੱਚ ਇੱਕ ਨਾਕਾ ਲਗਾਇਆ ਹੋਇਆ ਸੀ ਔਰ ਉਸ ਨਾਕੇ ਦੇ ਦੌਰਾਨ ਇੱਕ ਮੋਟਰਸਾਈਕਲ ਲਿੰਕ ਰੋਡ ਲਹੀਆਂ ਤੋਂ ਜਦੋਂ ਆਏ ਅਤੇ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਮੋਟਰਸਾਈਕਲ ਰਾਈਡਰ ਨੇ ਮੋਟਰਸਾਈਕਲ ਰੋਕਣ ਦੀ ਬਜਾਏ ਉਹਨੂੰ ਪਛਾਣ ਨੂੰ ਮੋੜਨ ਲੱਗੇ। ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੀ ਪ੍ਰੈਲੀਮਿਨਰੀ ਇਨਕੁਆਇਰੀ ਕੀਤੀ ਤਾਂ ਜਿਹੜਾ ਮੋਟਰਸਾਈਕਲ ਰਾਈਡਰ ਸੀ ਉਹਦਾ ਨਾਮ ਯਾਦਵਿੰਦਰ ਸੀਗਾ, ਰੈਜੀਡੈਂਟ ਆਫ ਵਿਲੇਜ ਦਾਉਂਕੇ, ਔਰ ਜਿਹੜਾ ਆਕਾਸ਼ਦੀਪ ਸੀਗਾ ਜਿਹੜਾ ਪਿੱਛੇ ਲੜਕਾ ਬੈਠਾ ਸੀ ਉਹਦਾ ਪਿੰਡ ਹੈਗਾ ਭਰੋਪਾਲ, ਪੁਲਿਸ ਸਟੇਸ਼ਨ ਘਰਿੰਡਾ ਦੇ ਵਿੱਚ। ਔਰ ਇਹਨਾਂ ਨੇ ਜਦੋਂ ਪ੍ਰੋਸੀਜਰ ਦੇ ਮੁਤਾਬਕ ਉੱਥੇ ਮੌਕਾ 'ਤੇ DSP ਸਾਹਿਬ ਸ਼੍ਰੀ ਕਮਲਜੀਤ ਨੂੰ ਰਿਕੁਐਸਟ ਕਰਕੇ ਬੁਲਾਇਆ ਅਤੇ ਉਹਨਾਂ ਦੀ ਪ੍ਰੈਜੈਂਸ ਦੇ ਵਿੱਚ ਜਦੋਂ ਇਹਨਾਂ ਦੋਨਾਂ ਦੀ ਸਰਚ ਕੰਡਕਟ ਕੀਤੀ ਅਤੇ ਜਿਹੜਾ ਯਾਦਵਿੰਦਰ ਸੀਗਾ ਉਹਦੀ ਪੁਜੈਸ਼ਨ ਦੇ ਵਿੱਚੋਂ 900 ਗ੍ਰਾਮ ਹੈਰੋਇਨ ਔਰ ਆਕਾਸ਼ਦੀਪ ਦੇ ਪੁਜੈਸ਼ਨ ਦੇ ਵਿੱਚੋਂ 500 ਗ੍ਰਾਮ ਹਾਫ KG ਜਿਹੜੀ ਉਹ ਆਈਸ ਰਿਕਵਰ ਹੋਈ ਹੈ। ਮੇ ਬੀ ਦੇਖੋ ਜੀ, ਇਹ ਬੜਾ ਸੋਫਿਸਟੀਕੇਟਿਡ ਡਰੱਗ ਹੈਗਾ ਔਰ ਇਹ ਬੜਾ ਮਤਲਬ ਸੀਰੀਅਸ ਇਸ਼ੂ ਹੈ। ਨੋ ਡਾਊਟ ਕਿ ਹੈਰੋਇਨ ਇਜ਼ ਆਲਸੋ ਇਜ਼ ਅ ਵੈਰੀ ਸੋਫਿਸਟੀਕੇਟਿਡ ਡਰੱਗ, ਬਟ ਆਈਸ ਦਾ ਇੱਧਰ ਰਿਕਵਰ ਹੋਣਾ ਮਤਲਬ ਇਹ ਬੜਾ ਵਰੀਸਮ ਹੈਗਾ ਕਿ ਇੱਧਰ ਆਈਸ ਕਿਸ ਤਰ੍ਹਾਂ ਆਈ, ਇਹਦਾ ਬੈਕਵਰਡ ਲਿੰਕ ਕੀ ਹੈ, ਇਹਦਾ ਪਿੱਛੇ ਕੋਈ ਡਰੱਗ ਕਾਟਲ ਪਿੱਛੇ ਕਿਹੜਾ ਹੈਗਾ, ਉਹ ਅਸੀਂ ਇਹ ਸਾਰੀ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ। ਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ 900 ਗ੍ਰਾਮ ਹੈਰੋਇਨ ਅਤੇ ਅੱਧਾ ਕਿਲੋ ਆਈਸ ਡਰੱਗ ਬਰਾਮਦ ਕੀਤੀ ਹੈ। ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ DSP ਅਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਤਸਕਰਾਂ ਨੂੰ ਪਿੰਡ ਲਹੀਆਂ ਨੇੜਿਓਂ ਨਾਕਾਬੰਦੀ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਕੱਲ੍ਹ ਜੀ SHO ਸਰਾਏ ਮਾਨਸਾ ਇੰਸਪੈਕਟਰ ਨਰਿੰਦਰ ਸਿੰਘ ਅਤੇ ਉਹਨਾਂ ਦੀ ਪੁਲਿਸ ਪਾਰਟੀ ਨੇ ਲਹੀਆਂ ਚੌਂਕ ਦੇ ਵਿੱਚ ਇੱਕ ਨਾਕਾ ਲਗਾਇਆ ਹੋਇਆ ਸੀ ਔਰ ਉਸ ਨਾਕੇ ਦੇ ਦੌਰਾਨ ਇੱਕ ਮੋਟਰਸਾਈਕਲ ਲਿੰਕ ਰੋਡ ਲਹੀਆਂ ਤੋਂ ਜਦੋਂ ਆਏ ਅਤੇ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਮੋਟਰਸਾਈਕਲ ਰਾਈਡਰ ਨੇ ਮੋਟਰਸਾਈਕਲ ਰੋਕਣ ਦੀ ਬਜਾਏ ਉਹਨੂੰ ਪਛਾਣ ਨੂੰ ਮੋੜਨ ਲੱਗੇ। ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੀ ਪ੍ਰੈਲੀਮਿਨਰੀ ਇਨਕੁਆਇਰੀ ਕੀਤੀ ਤਾਂ ਜਿਹੜਾ ਮੋਟਰਸਾਈਕਲ ਰਾਈਡਰ ਸੀ ਉਹਦਾ ਨਾਮ ਯਾਦਵਿੰਦਰ ਸੀਗਾ, ਰੈਜੀਡੈਂਟ ਆਫ ਵਿਲੇਜ ਦਾਉਂਕੇ, ਔਰ ਜਿਹੜਾ ਆਕਾਸ਼ਦੀਪ ਸੀਗਾ ਜਿਹੜਾ ਪਿੱਛੇ ਲੜਕਾ ਬੈਠਾ ਸੀ ਉਹਦਾ ਪਿੰਡ ਹੈਗਾ ਭਰੋਪਾਲ, ਪੁਲਿਸ ਸਟੇਸ਼ਨ ਘਰਿੰਡਾ ਦੇ ਵਿੱਚ। ਔਰ ਇਹਨਾਂ ਨੇ ਜਦੋਂ ਪ੍ਰੋਸੀਜਰ ਦੇ ਮੁਤਾਬਕ ਉੱਥੇ ਮੌਕਾ 'ਤੇ DSP ਸਾਹਿਬ ਸ਼੍ਰੀ ਕਮਲਜੀਤ ਨੂੰ ਰਿਕੁਐਸਟ ਕਰਕੇ ਬੁਲਾਇਆ ਅਤੇ ਉਹਨਾਂ ਦੀ ਪ੍ਰੈਜੈਂਸ ਦੇ ਵਿੱਚ ਜਦੋਂ ਇਹਨਾਂ ਦੋਨਾਂ ਦੀ ਸਰਚ ਕੰਡਕਟ ਕੀਤੀ ਅਤੇ ਜਿਹੜਾ ਯਾਦਵਿੰਦਰ ਸੀਗਾ ਉਹਦੀ ਪੁਜੈਸ਼ਨ ਦੇ ਵਿੱਚੋਂ 900 ਗ੍ਰਾਮ ਹੈਰੋਇਨ ਔਰ ਆਕਾਸ਼ਦੀਪ ਦੇ ਪੁਜੈਸ਼ਨ ਦੇ ਵਿੱਚੋਂ 500 ਗ੍ਰਾਮ ਹਾਫ KG ਜਿਹੜੀ ਉਹ ਆਈਸ ਰਿਕਵਰ ਹੋਈ ਹੈ। ਮੇ ਬੀ ਦੇਖੋ ਜੀ, ਇਹ ਬੜਾ ਸੋਫਿਸਟੀਕੇਟਿਡ ਡਰੱਗ ਹੈਗਾ ਔਰ ਇਹ ਬੜਾ ਮਤਲਬ ਸੀਰੀਅਸ ਇਸ਼ੂ ਹੈ। ਨੋ ਡਾਊਟ ਕਿ ਹੈਰੋਇਨ ਇਜ਼ ਆਲਸੋ ਇਜ਼ ਅ ਵੈਰੀ ਸੋਫਿਸਟੀਕੇਟਿਡ ਡਰੱਗ, ਬਟ ਆਈਸ ਦਾ ਇੱਧਰ ਰਿਕਵਰ ਹੋਣਾ ਮਤਲਬ ਇਹ ਬੜਾ ਵਰੀਸਮ ਹੈਗਾ ਕਿ ਇੱਧਰ ਆਈਸ ਕਿਸ ਤਰ੍ਹਾਂ ਆਈ, ਇਹਦਾ ਬੈਕਵਰਡ ਲਿੰਕ ਕੀ ਹੈ, ਇਹਦਾ ਪਿੱਛੇ ਕੋਈ ਡਰੱਗ ਕਾਟਲ ਪਿੱਛੇ ਕਿਹੜਾ ਹੈਗਾ, ਉਹ ਅਸੀਂ ਇਹ ਸਾਰੀ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ।